ये तस्वीरें जो आप अपनी स्क्रीन पर इस वक्त देख रहे हैं, यह जालंधर के थाने की है। यहां आप देख सकते हैं कि जालंधर के आसपास के कई गांव से यह लोग इकट्ठा होकर इस थाने के अंदर आए हैं। जी हाँ, यहाँ पर कोई सेलिब्रिटी नहीं बल्कि एक ठग, वो भी एक शातिर लड़की यहाँ पर पुलिस ने अपनी गिरफ्त में ली है, जिसकी जानकारी इन गांववासियों को लगी तो सबको छोड़ छाड़ कर यह इस थाने में जा पहुंचे। इतनी भीड़ आप देखकर हैरान तो रहे होंगे, मगर इससे भी कहीं ज्यादा लोग हैं उस शातिर ठग का शिकार हुए लोग हैं। कम से कम इनके मुताबिक 100 लोग और उससे भी ज्यादा हो सकते हैं जो इस शातिर लड़की का शिकार बने हैं। दरअसल यह लड़की बेरोजगार और गरीब गांववासियों को लाखों के लोन का सपना दिखाकर इनसे 1,000, 2,000 और किसी से 10,000 तक इकट्ठा कर वहां से रफू चक्कर हो जाती और अपनी जेब भर लेती। जिसकी कंप्लेंट पुलिस तक पहुंची तो पुलिस ने छानबीन कर उस महिला ठग को गिरफ्तार कर लिया, जिसकी भनक लगते ही यह गांववासी यहां पहुंच गए। आइए सुनते हैं इन गांववासियों से कि आखिर पूरा माजरा क्या है और फिर सुनाएंगे पुलिस इन पर क्या धारा लगाती है। जालंधर से कैमरामैन दीपक सहोता के साथ रिपोर्टर सुखविंदर बग्गा की खास रिपोर्ट। हाँ जी, की नाम है जी ताडा? हाँ जी, की गल हुई सी अज? भाई एक गुआंढ साढ़े वोटी एक लैके से कहती है लोन भरा तो तुम भी भरा लो गए दीदी। मैं कहा चल असं भी भरा ले, सानू लोड़ सी पैसों की, घर पुत चाहिए होंगे पैसे सारे है ना। इन्हें सारे तो पैसे लै लै के लै गए, किसी को 5,000 लै गए, किसी को 10,000 लै गए, किसी को 8,000 लै गई, एक मेरे मुंडे को 7,500 लै गई। कहती मैं तेन घर लैके दूंगी, 10,00,000 का लोन करवाऊंगी। ਇੱਦਾਂ ਪੈਸੇ ਲੈ ਗਈ ਸਾਰੇ। ਅੱਜ ਇਹਨੂੰ ਕਿੱਦਾਂ ਫੜਿਆ ਜੀ ਲੋਕਾਂ ਨੇ? ਅੱਜ ਇਹਨੂੰ ਆਪੇ ਹੀ ਆ ਗਈ, ਪਰਮਾਤਮਾ ਹੀ ਲੈ ਕੇ ਆਇਆ ਮੇਰੇ ਘਰੇ ਨੂੰ। ਕਹਿੰਦੀ ਮੈਂ ਆਂਟੀ ਆਉਣੀ ਪੈਸੇ ਦੇਣ ਤੁਹਾਨੂੰ। ਮੈਨੂੰ ਕਹਿੰਦੀ ਮੈਂ ਕਿਸੇ ਕੋਲ 10,000 ਰੁਪਇਆ ਪੁੱਛਿਆ, ਉਹੀ ਤੁਸੀਂ ਜਾਮਨੀ ਚੱਕ ਲਓ। ਕਹਿੰਦੀ 10,000 ਲੈ ਕੇ ਤੁਹਾਨੂੰ ਵਾਪਸ ਕਰ ਦਿੰਦੀ। ਕਿਸੇ ਨਾਲ ਇਹਨਾਂ ਗੱਲ ਨਹੀਂ ਸੀ ਕੀਤੀ, ਕਿਸੇ ਨਾਲ ਕੁਛ ਨਹੀਂ ਸੀ ਕੀਤਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪੇ ਹੀ ਆ ਗਈ। ਅਤੇ ਕਿੰਨੇ ਕੁ ਲੋਕ ਹੈਗੇ ਜਿਹੜੇ ਤੁਹਾਡੇ ਜੀ ਏਰੀਏ ਦੇ ਠੱਗ ਹੋਏ ਪਏ ਆ? ਸਾਡੇ 50-60,000 ਦੀ ਘਰ ਹੈਗੇ, ਸਾਰਿਆਂ ਕੋਲ ਪੈਸੇ ਲਗਾਈ ਹੋਈ ਆ। ਅਤੇ ਪੁਲਿਸ ਦਾ ਕੀ ਕਹਿਣਾ ਹੈਗਾ ਇਹਦੇ ਵਿੱਚ? ਪੁਲਿਸ ਹਜੇ ਕੋਈ ਸਾਨੂੰ ਦੱਸਦੀ ਪਈ ਨਹੀਂ, ਕੁਛ ਨਹੀਂ ਹਜੇ ਬੋਲਦੀ। ਉਹਨਾਂ ਨਾਲ ਗੱਲਾਂ ਕਰੀ ਜਾਂਦੀ ਮਾਵਾਂ ਦੀਆਂ, ਸਾਡੀ ਹਜੇ ਕੋਈ ਸੁਣਾਈ ਨਹੀਂ ਹੋ ਰਹੀ ਸੀ। ਅਸੀਂ ਬਾਹਰ ਸਾਰੇ ਭੁੱਖ ਨਿਭਾਣੇ ਖੜੇ ਹਾਂ ਸਵੇਰ ਦੇ ਆਉਣ ਕੇ, ਕੋਈ ਗੱਲ ਨਹੀਂ ਹੋਣ ਡਈ ਸਾਡੀ ਹੀ, ਕੋਈ ਕੋਈ ਸੁਰ ਜਵਾਬ ਹੀ ਨਹੀਂ ਪੁਲਿਸ ਦੇ ਰਹੀ ਕਿ ਕੀ ਗੱਲ ਨਵੇੜਨੀ ਆ। ਕੀ ਨਾਮ ਹੈ ਜੀ ਆਪਣਾ? ਹਾਂਜੀ ਕਿੰਦਰ ਸਾਹਿਬ। ਕਿੱਥੋਂ ਆਏ ਜੀ ਤੁਸੀਂ? ਦਿਆਲਪੁਰੋਂ। ਕੀ ਗੱਲ ਕੀ ਹੋਈ ਸੀਗੀ ਜੀ, ਕਿੱਦਾਂ ਇਹਨਾਂ ਦਾ ਠੱਗੀ ਦਾ ਸ਼ਿਕਾਰ ਹੋਏ ਤੁਸੀਂ ਇਹਨਾਂ ਦੇ? ਸਾਰੇ ਅਸੀਂ ਲੋਨ ਭਰਾਉਣ ਵਾਸਤੇ ਦਿੱਤੇ ਸੀਗੇ, ਵੀ ਲੋਨ ਭਰਾਉਣਾ ਇਹਨਾਂ ਨੂੰ 3,00,000 ਦਾ ਗਿਆ ਸੀ, ਅਤੇ ਅਸੀਂ ਇਹਨਾਂ ਨੂੰ 2 ਵਾਰੀ ਕਰਕੇ 10-10,000 ਰੁਪਈਆ ਦਿੱਤਾ, 20,000 ਰੁਪਈਆ ਇਹਨਾਂ ਨੇ ਦਿੱਤਾ। ਅਤੇ ਹੋਰ ਵੀ ਆ ਸਾਡੇ ਲਾਗੋ ਪਿੰਡੋਂ, ਉਹਨਾਂ ਨੇ ਵੀ ਇੱਦਾਂ ਹੀ, ਉਹਨਾਂ ਨੇ ਵੀ 8-8,000 ਰੁਪਈਆ ਉਹਨਾਂ ਨੂੰ ਲਿਆ ਹੋਇਆ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਅੱਜ ਜਿਹਨੂੰ ਪੁਲਿਸ ਨੇ ਫੜ ਲਿਆ ਹੈਗਾ? ਸਾਨੂੰ ਉੱਥੇ ਹੋਰ ਮੈਂਬਰ ਜਿਹੜਾ ਨਾਲ ਸੀ ਉਹਨਾਂ ਨੂੰ ਫੋਨ ਉਹਨਾਂ ਨੇ ਕੀਤਾ ਸੀਗਾ, ਤਾਂ ਪਤਾ ਲੱਗਿਆ, ਅਤੇ ਉਹਨਾਂ ਨੇ ਸਾਨੂੰ ਵੀ ਦੱਸਿਆ। ਅਤੇ ਕਿੰਨਾ ਲੋਨ ਦਵਾਉਣ ਦਾ ਨੇ ਕਿਹਾ ਸੀ ਤੁਹਾਨੂੰ? 3,00,000 ਦਾ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਅਨੂ। ਕੀ ਗੱਲ ਕੀ ਹੋਈ ਸੀਗੀ ਜੀ? ਭਾਅ ਜੀ ਇਹਨੇ ਸਾਡੇ ਕੋਲੋਂ ਨਾ 2-2 ਲੱਖ ਦੇ ਲਾਰੇ ਲਾਏ ਕਿ ਅਸੀਂ ਪੈਸੇ ਲੈਣੇ ਆ, ਤੁਹਾਨੂੰ ਲੋਨ ਦਵਾ ਕੇ ਦਊਂਗੀ, ਅਤੇ ਮੁੜ ਕੇ ਇਹਨੇ ਸਾਡੇ ਕੋਲੋਂ ਕਿਸੇ ਕੋ 1,000, ਕਿਸੇ ਕੋ 2,000, ਕਿਸੇ ਕੋ 500, ਕਿਸੇ ਕੋ 20,000, ਇਸ ਤਰ੍ਹਾਂ ਇਹਨੇ ਕਰ ਕਰਕੇ ਇੱਦਾਂ ਇੱਦਾਂ ਕਰਕੇ ਇਹਨੇ ਸਾਰਿਆਂ ਨੂੰ ਆਪਣੇ ਝਾਸ 'ਚ ਫਸਾਇਆ। ਮੁੜ ਕੇ ਇਹਨੇ ਸਾਨੂੰ ਅੱਜ ਪੈਸੇ ਲੈ ਕੇ ਦੇਣੇ, ਕੱਲ੍ਹ ਕੋਈ ਭਾਅ ਜੀ ਘਰਾਂ 'ਚ ਕੰਮ ਕਰਦਾ ਆ, ਕੋਈ ਬਰਤਨ ਮਾਂਜਦਾ, ਇਹਨੇ ਇੱਦਾਂ ਸਭ ਤੋਂ ਪੈਸੇ ਇਕੱਠੇ ਕਰਕੇ ਸਾਨੂੰ ਲਾਰੇ ਲਾ ਕੇ ਅੱਜ ਸਾਡੇ ਆਈ ਆ ਘਰ। ਜਦੋਂ ਸਾਡੇ ਘਰ ਆਈ ਤਾਂ ਇਹਨੇ ਫਿਰ ਸਾਨੂੰ ਇਹੀ ਕਿਹਾ ਕਿ ਮੈਂ ਪੈਸੇ ਤੁਹਾਨੂੰ ਮੋੜੂੰਗੀ, ਪਰ ਨਹੀਂ ਇਹਨੇ ਕਿੱਥੋਂ ਪੈਸੇ ਮੋੜਨੇ, ਇਹਦੇ ਕੋਲ ਤਾਂ ਰੁਪਈਆ ਵੀ ਨਹੀਂ ਇਹਦੀ ਜੇਬ 'ਚ ਸੀਗਾ। ਕਿੰਨੇ ਲੋਕ ਹੈਗੇ ਜਿਹਨਾਂ ਦੇ ਠੱਗੀ ਦਾ ਸ਼ਿਕਾਰ ਹੋਏ ਹੈਗੇ? ਸਾਡੇ ਮਤਲਬ ਹੈਗੇ ਆ 50, ਜ਼ਿਆਦਾ ਹੀ ਆ, 100 ਹੀ ਲਾਓ ਤੁਸੀਂ। ਹਾਲੇ ਤਾਂ ਹੋਰ ਵੀ ਪਿੰਡਾਂ 'ਚ ਦੁਨੀਆ ਆ ਹੀ ਜਾਂਦੀ ਜਿੱਦਾਂ ਜਿੱਦਾਂ ਪਤਾ ਲੱਗੀ ਜਾਂਦਾ ਆ। ਇਹਨੇ ਇਸ ਤਰ੍ਹਾਂ ਸਭ ਨੂੰ ਦੁਖੀ ਕੀਤਾ, ਅਤੇ ਸਭ ਤੋਂ ਇਹਨੇ ਪੈਸੇ ਰੁਪਈਆ ਰੁਪਈਆ ਕਰਕੇ ਇਕੱਠਾ ਕਰਕੇ ਲੈ ਗਈ ਆ, ਨਾ ਸਾਨੂੰ ਕਿਸੇ ਦਾ ਦੱਸਦੀ ਆ, ਨਾ ਕੋਈ ਨੰਬਰ ਦਿੰਦੀ ਆ, ਨਾ ਕੋਈ ਸਰ ਦਾ ਨਾਮ, ਕੋਈ ਬੈਂਕ ਦਾ ਨਾਮ। ਥਾਣੇ ਤੁਸੀਂ ਕੰਪਲੇਂਟ ਦਿੱਤੀ ਜੀ ਇਹਦੇ ਬਾਰੇ? ਹਾਂਜੀ ਹਾਂਜੀ ਦਿੱਤੀ, ਹਾਲੇ ਤਾਂ ਕੋਈ ਸੁਣਵਾਈ ਨਹੀਂ ਹੁੰਦੀ, ਕਹਿੰਦੇ SHO ਨਹੀਂ ਆਇਆ, ਹੁਣ ਦੇਖੋ ਕੀ ਬਣਦਾ ਆ। ਤੇ ਤੁਸੀਂ ਕਿੰਨੇ ਪੈਸੇ ਦਿੱਤੇ ਸੀਗੇ ਇਹਨਾਂ ਨੂੰ? ਅਸੀਂ 2,000 ਦਿੱਤਾ ਆ, ਤੇ ਜਿਹੜੇ ਨਾਲ ਦੇ ਆ ਸਭ ਸਾਰੇ, ਕਿਸੇ ਨੇ 15 ਦਿੱਤਾ, ਕਿਸੇ ਨੇ 7 ਦਿੱਤਾ, ਸਭ ਤੋਂ ਇਹਨੇ ਥੋੜੇ ਥੋੜੇ ਕਰਕੇ ਪੈਸੇ ਇਕੱਠੇ ਕਰਕੇ ਲੈ ਗਈ। ਕਈਆਂ ਨੂੰ ਤਾਂ 3-4 ਬੰਦਿਆਂ ਨੂੰ ਸਾਡੇ ਮਹੱਲੇ 'ਚ ਮੋੜ ਦਿੱਤੇ, ਤੇ ਬਾਕੀਆਂ ਨੂੰ ਕੀ ਗੱਲ ਸੀ, ਕਿਉਂ ਨਹੀਂ ਇਹਨੇ ਮੋੜੇ ਬਾਕੀਆਂ ਨੂੰ ਪੈਸੇ? ਹਾਂਜੀ ਸਰ, ਕੀ ਮਾਮਲਾ ਕੀ ਹੈਗਾ ਜੀ? ਇਹ ਮਾਮਲਾ ਇਹ ਹੈ ਜੀ ਵੀ ਮੱਲਾ ਚਗਿੱਤੀ ਵਿੱਚ
कंट्रोल रूम मैसेज आया भी उ लोगों भी रौला रौला पै रहा जाके देखो की गल हुई आ उत्थे मौका ते पुजे आ महल्ले वाले इकट्ठे हो के कह रहे हैं भी एक लड़की आ जिहड़ी लोगों के ना फार्म भर के प्रधानमंत्री मुद्रा योजना तहत लोन लैके लोगों को दे रही आ तो हरेक बंदे तो 2-2 हज़ार रुपया लैके तो वो फार्म भर रही है जो मुकते गए हैं तो लोगों ने बयान दर्ज कराया लोगों ने ठगिया मार के जिन्होंने लोन पास नहीं कराए लेकिन वो ठगिया मार के उतों पैसे लोगों काफ़ी लोगों को लैके तो वो चले गई आ जिस संबंधी रजनी ने अपने बयान लिखाया जो मुकदमा नंबर दर्ज रजिस्टर करके तफ्तीश जी आरंभ की गई है तो दोषों जल्दी से जल्दी गिरफ्तार किया जाए। तो सर किन्ने लोगों ने जी इल्जाम लाके ठगी मारी है? काफ़ी आ 20-25 बंद ने उस महल दसिया भी साढ़े तो पैसे लैके ने सानू लोन लैन जिहड़ा लैके ठगी मारी सी। तो जिदा सर देखने दे बारे में कि कोई दयालपुर या टांडे के लोग भी मौजूद है तो कोई ग्रोह वगैरह है कल्ली ये काम कर रही है? नहीं कल्ली आ ये ग्रोह ग्रोह तो नहीं है कल्ली है लोगों के महल जाके घर घर जाके लोगों को वगला के लोगों को कहती है मैं तुम्हें लोन लैके दिनी हाँ तो लोग उन्होंने पैसे दे के अपने खिलाने या खाते जी। तो कितने की हैगी जी रहने वाली? है तो पिंड ब्यास की है अजे तक क्लीयर नहीं होया लेकिन तफ्तीश आरंभ करती है जी जल्दी तो जल्दी गिरफ्तार करके कार्रवाई में लगी जाएगी। तो सर केड़ा मामला दर्ज किया गया जी? ये तो 400-600-420 का मुकदमा दर्ज किया है।